ਨਜੇ ਸਾਨੂੰ ਪਾਕਿਸਤਾਨ ਬਣਨ ਦਾ ਪਤਾ ਉਸ ਵੇਲੇ ਲੱਗਾ ਜਿਹੜੇ ਜਨਾਬ ਕਤਲੇ ਕਤਲਾਮ ਨਾ ਦੂਰੋਂ ਦੂਰੋਂ ਹਿੰਦੂ ਕਾਫਲੇ ਲੈ ਕੇ ਨਾ ਛੱਬੀਆਂ ਅਤੇ ਜਨਾਬ ਤਲਵਾਰਾਂ ਅਤੇ ਹਾਂਜੀ ਟੋਕੇ ਚਾੜੇ ਸੋਟਿਆਂ ਨੂੰ ਅਤੇ ਕਤਲੇ ਕਤਲਾਮ ਉਂਝ ਨਹੀਂ ਸਣੀ ਜਿਹੜੇ ਜਨਾਬ ਮੇਰੀ ਫਿਰ ਫੌਜ ਪਈ ਹੈ ਨਾ ਹਿੰਦੂਆਂ ਦੀ ਅਤੇ ਉਸ ਵੇਲੇ ਜਨਾਬ ਮੇਰੀ ਦੌੜ ਭਾਜੇ 'ਚ ਹੋਇਆ ਬੜਾ ਹਮਲਾ ਹੋਇਆ ਹਾਂ ਚਾਰ ਪੰਜ ਡਗਦਾ ਹਮਲਾ ਹੁੰਦਾ ਰਿਹਾ ਹਿੰਦੂਆਂ ਨੂੰ ਜਨਾਬ ਮੇਰੇ ਨਾਲ ਲੁੱਟਿਆ ਦੱਟਿਆ ਮੁਸਲਮਾਨਾਂ ਨੇ ਮਾਰਿਆ ਕੁੱਟਿਆ ਅਤੇ ਉੱਤੋਂ ਫਿਰ ਜਨਾਬ ਮੇਰੇ ਜਥਾ ਆ ਗਿਆ ਢੇਰ ਹਾਂਜੀ ਉਹ ਹਜ਼ਾਰਿਆ ਬੰਦਿਆਂ ਦਾ ਅਤੇ ਫਿਰ ਜਨਾਬ ਮੇਰੇ ਐਲਾਨ ਹੋ ਗਿਆ ਵੀ ਪਾਕਿਸਤਾਨ ਬਣ ਗਿਆ ਅਤੇ ਮੁਸਲਮਾਨਾਂ ਨੇ ਪਾਕਿਸਤਾਨ ਨੇ ਜਾਣਾ ਅੱਜ ਜਨਾਬ ਮੇਰੇ ਕਾਲੇਆਮ ਸਾਡਾ ਕਤਲੇ ਕਤਲਾਮ ਹੋਇਆ ਕਾਫਲੇ ਦੀ ਬੜਾ ਕਾਫਲਾ ਹਾਂਜੀ ਜਦ ਸਾਡੇ ਸਾਹਮਣੇ ਗਿਆ ਲਾਸਾਂ ਇੰਝ ਪਈਆਂ ਹੋਣੀ ਜਨਾਬ ਮੇਰੀ ਨਾ ਜਿਹਦੇ ਬੰਦੇ ਵੀ ਜਿਹੜੇ ਥੱਲੇ ਡਿੱਗ ਗਿਆ ਨਾ ਉਹ ਜਾਣ ਗਏ ਨਾ ਸਾਹ ਘੁੱਟ ਗਏ ਤੇ ਦਮਾ ਪਿਆ ਰਿਹਾ ਆਪਣੀ ਜਾਨ ਬਚਾਉਣ ਦਾ ਮਾਰਿਆ ਤੁਸੀਂ ਕਿ ਸਮਝਦੇ ਹੋ ਕਿ ਜੇ ਉਦੋਂ ਇਕੱਠੇ ਜਦੋਂ ਰਹਿੰਦੇ ਸਨ ਜੀ ਉਹ ਕੰਮ ਠੀਕ ਸੀ ਜਾਂ ਕਿ ਬਾਅਦ ਜਦੋਂ ਆਜ਼ਾਦੀ ਤੋਂ ਬਾਅਦ ਕੰਮ ਠੀਕ ਹੋਇਆ ਨਹੀਂ ਜਿਹੜੇ ਇਕੱਠੇ ਸਨ ਉਸ ਵੇਲੇ ਠੀਕ ਸੀ ਅੱਛਾ ਵਾਹ ਜਿਹੜੇ ਇਕੱਠੇ ਸਨ ਨਾ ਉਸ ਵੇਲੇ ਠੀਕ ਸੀ ਹੁਣ ਤਾਂ ਨਾ ਮੁਹੱਬਤ ਰਹੀ ਹੈ ਨਾ ਪਿਆਰ ਰਿਹਾ ਨਾ ਕੋਈ ਗੱਲ ਰਹੀ ਹੈ ਹਾਂਜੀ ਹੁਣ ਆਪੋ ਆਪ ਹਾਂਜੀ ਉਸ ਵੇਲੇ ਮੁਹੱਬਤ ਸੀ ਅਸਲਾਮੁ ਅਲੈਕੁਮ ਵਾਲੇ ਪੰਜਾਬ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਭਾਈ ਸਾਡੇ ਕੋਲ ਬਜ਼ੁਰਗ ਬੈਠੇ ਨੇ ਜਿਹਨਾਂ ਹਿਜਰਤ ਦਾ ਸਾਰਾ ਆਪਣਾ ਸਮਾਂ ਵੇਖਿਆ ਉਹ ਜ਼ਮਾਨੇ 1947 'ਚ ਜਿਹੜੇ ਨੇ ਆਪਣੇ ਜਿਸ ਤਰ੍ਹਾਂ ਵੀ ਪਹੁੰਚੇ ਉਹ ਸਾਰੀ ਕਹਾਣੀ ਤੁਹਾਨੂੰ ਦੱਸਣਗੇ ਹਾਂਜੀ ਕੀ ਬਜ਼ੁਰਗ ਹੈ ਤੁਹਾਡਾ ਨਾਂ ਮੇਰਾ ਨਾਂ ਜੀ ਸਰਾਜ ਦੇ ਅਤੇ ਬਜ਼ੁਰਗਾਂ ਦਾ ਬਾਬੇ ਰਾਂ ਦਾ ਸੁਬੇ ਖਾਂ ਅੱਛਾ ਕਿਹੜਾ ਸੀ ਤੁਹਾਡੇ ਦਾਦੇ ਰਾਂ ਦਾ ਕੀ ਨਾਂ ਸੀ ਬਾਬੇ ਦਾ ਨਾਂ ਸੀ ਮੰਗਈਆ ਅੱਛਾ ਅੱਛਾ ਤੇ ਪਿੰਡ ਕਿਹੜਾ ਸੀ ਅਤੇ ਤੁਹਾਡਾ ਥਾਣਾ ਜ਼ਿਲ੍ਹਾ ਤਹਿਸੀਲ ਜਿਹੜਾ ਪਿੰਡ ਖੰਗੇਸਰਾ ਸੀ ਥਾਣਾ ਰਾਇਪੁਰ ਨਾਨੀ ਜੀ ਰਾਇਪੁਰ ਸੀ ਅੱਛਾ ਅਤੇ ਜਿਹੜਾ ਅੰਬਾਲਾ ਸੀ ਤਹਿਸੀਲ ਨਾਰਾਇਣਗੜ੍ਹ ਸੀ ਅੱਛਾ ਅਤੇ ਅੱਛਾ ਉੱਥੇ ਦੂਸਰਾ ਇਹ ਤੇ ਆਲੇ ਦੁਆਲੇ ਕਿਹੜੇ ਕੋਈ ਪਿੰਡ ਸਨ ਜਾਂ ਸ਼ਹਿਰ ਕਿਹੜੇ ਸਨ ਕੋਟ ਅੱਛਾ ਬਿੱਲਾ ਸਿਮਦੇਪੁਰ ਅਤੇ ਅੱਲਾ ਤੇਰਾ ਭਰਾ ਕਰਾ ਅਲੀਪੁਰ ਨਗਰ ਜ਼ਿਲ੍ਹਾ ਕਿਹੜਾ ਸੀ ਜ਼ਿਲ੍ਹਾ ਅੰਬਾਲਾ ਅੰਬਾਲਾ ਅੱਛਾ ਜਦੋਂ ਪਾਕਿਸਤਾਨ ਬਣਿਆ ਤੁਹਾਡੀ ਉਮਰ ਕਿੰਨੀ ਸੀ ਉਸ ਵੇਲੇ ਮੈਂ ਉਮਰ ਦਾ ਤਾਂ ਤੁਹਾਨੂੰ ਪਤਾ ਉਸ ਵੇਲੇ ਮੈਂ ਪੜ੍ਹ ਦਿੰਦੀਆਂ ਸੀ ਅਤੇ ਇਹ ਵੀ ਮੈਨੂੰ ਯਾਦ ਹੁਣ ਜਵਾਨ ਸਾਂ ਹਾਲ ਬਣਦਾ ਸਾਂ ਯਾਨੀ ਕਿ 20 ਸਾਲ ਦੇ ਤਕਰੀਬਨ ਹੋਏਗੀ ਨਾ 20-22 ਸਾਲ ਵੀ ਨਾ ਹੋਇਆ ਤਾਂ 16-17 ਸਾਲ ਸ਼ਾਦੀ ਤਾਂ ਨਹੀਂ ਸੀ ਨਾ ਹੋਈ ਉੱਥੇ ਨਹੀਂ ਸ਼ਾਦੀ ਪਾਕਿਸਤਾਨ ਵਿੱਚ ਆ ਗਈ ਠੀਕ ਹੈ ਤਾਂ ਅੱਛਾ ਉੱਥੇ ਕਿਹੜੀਆਂ ਕਿਹੜੀਆਂ ਬਰਾਦਰੀਆਂ ਸਨ ਜਾਂ ਕਿਵੇਂ ਦਾ ਰਹਿਣ ਵਰਤਣ ਦੀ ਤੁਹਾਡੇ ਸਾਡੇ ਪਿੰਡ ਸਾਰੇ ਰਾਜਪੂਤ ਦੀ ਸਾਣੀ ਕੋਈ ਕੋਈ 4-5 ਘਰ ਬਾਹਮਣਾਂ ਦੇ ਸਾਣੇ ਅੱਛਾ ਅਤੇ ਕੋਈ 4-3 ਘਰ ਚੂੜਿਆਂ ਦੇ ਸਾਣੇ ਹਾਂਜੀ ਇੱਥੇ ਤਾਂ ਸਹੀ ਨੇ ਨਾ ਸਾਡੇ ਪਾਸੇ ਚੂੜੇ ਸਾਣੇ ਹਿੰਦੂ ਅਤੇ 2 ਘਰ ਸਿਮਾਰਾਂ ਦੇ ਸਾਣੇ ਅੱਜ ਜੁੱਤੀਆਂ ਕੱਢਣ ਵਾਲਿਆਂ ਦੇ ਇੱਥੇ ਮੋਚੀ ਨੇ ਨਾ ਅਤੇ ਇੱਕ ਘਰ ਗੰਧੇਲਿਆਂ ਦਾ ਸੀ ਉਹਨਾਂ ਨਾਲ ਤੁਹਾਡਾ ਅੱਛਾ ਕਿਵੇਂ ਦਾ ਅਤੇ 4 ਘਰ ਜੁਲਾਇਆਂ ਦੇ ਸਾਣੇ ਅੱਛਾ ਮੁਸਲਮਾਨ ਸਨ ਮੁਸਲਮਾਨ ਜਿਹੜਾ ਮੁਸਲਮਾਨ ਤਾਂ ਨਹੀਂ ਠੀਕ ਹੈ ਇੱਥੇ ਰਹਿ ਕੇ ਗਏ ਨੇ ਉੱਥੇ ਠੇਕੇਦਾਰ ਅਤੇ ਠੇਕੇਦਾਰ ਹੋਏ ਠੀਕ ਅੱਛਾ ਆ 2 ਘਰ ਤੇਨੀਆਂ ਦੇ ਸਨ ਅਤੇ ਤੁਹਾਡੇ ਚਾਰ ਚ ਫਿਰ ਜਿਹੜੇ ਬਾਕੀ ਪਿੰਡ ਸਨ ਉਹਨਾਂ 'ਚ ਕਿੰਨਾ ਦੀ ਆਬਾਦੀ ਸੀ ਕੌਣ ਕਿਹੜੇ ਲੋਕ ਸਨ ਰਾਜਪੂਤ ਸਨੀ ਅਤੇ ਦੋ ਪਿੰਡ ਗੁਜਰਾਂ ਦੇ ਸਨ ਇੱਕ ਦਾ ਨਾਂ ਦਬਕੌਲੀ ਸੀ ਇੱਕ ਦਾ ਨਾਂ ਸਿਆਮਤੋ ਸੀ ਅੱਛਾ ਉਹ ਗੁਜਰਾਂ ਦੇ ਸਨ ਹਿੰਦੂ ਗੁਜਰ ਸਨ ਠੀਕ ਹੈ ਮੁਸਲਮਾਨ ਗੁੱਜਰ ਨੇ ਸਾਨੂੰ ਹਿੰਦੂ ਗੁੱਜਰ ਸਨ ਉਹਨਾਂ ਇਲਾਕਿਆਂ 'ਚ ਸਿੱਖ ਵੀ ਹੈ ਸਨ ਜੀ ਨਾ ਸਿੱਖ ਕੋਈ ਨਹੀਂ ਸਾਡੇ ਨੇ ਏਰੀਏ ਅੱਛਾ ਅੱਛਾ ਨੇੜੇ ਨੇੜੇ ਸਿੱਖ ਕੋਈ ਨਹੀਂ ਸੀ ਅੱਛਾ ਸਿੱਖ ਹਿੰਦੂ ਸਨ ਜ਼ਿਆਦਾ ਅੱਛਾ ਕਿਵੇਂ ਵੀ ਉਹਨਾਂ ਦੀ ਤੁਹਾਡਾ ਫਿਰ ਤਲਕ ਸਨ ਕਿਸ ਤਰ੍ਹਾਂ ਦੇ ਕੋਈ ਨਹੀਂ ਸਾਡੇ ਜਿਹੜੇ ਉੱਥੇ ਬੱਸਦੇ ਸਨ ਉਹ ਸਾਡੇ ਤਲਕ ਚੰਗੇ ਸਨੀ ਹਾਂਜੀ ਇੱਕ ਦੂਸਰੇ ਦਾ ਪਿਆਰ ਸੀ ਮੁਹੱਬਤ ਸੀ ਜੇ ਉਹਨਾਂ ਦਾ ਪ੍ਰਾਹੁਣਾ ਆ ਗਿਆ ਨਾ ਕੋਈ ਮੁਸਲਮਾਨ ਵੱਲ ਹਾਂਜੀ ਹਿੰਦੂ ਅਤੇ ਸੁੱਕਾ ਸਿੱਧਾ ਦੇ ਕੇ ਨਾ ਹਿੰਦੂਆਂ ਨੂੰ ਅਤੇ ਉਹਨਾਂ ਦੀ ਰੋਟੀ ਪਕਾਈ ਹਾਂਜੀ ਜੇ
ਉਹ ਮੁਸਲਮਾਨ ਆ ਗਿਆ ਨਾ ਉਹਨਾਂ ਦਾ ਕੋਈ ਯਾਰ ਸੱਜਣ ਹੈ ਤੇ ਉਹਨਾਂ ਜਨਾਬ ਮੇਰੇ ਸਿੱਕਾ ਸਿੱਧਾ ਦੇ ਕੇ ਨਾ ਜੋ ਵੀ ਚੜ੍ਹਨ ਨੂੰ ਦੇਣਾ ਖਿਜਮਤ ਵਾਸਤੇ ਮੁਸਲਮਾਨਾਂ ਦੇ ਘਰ ਦੇ ਉਹਨਾਂ ਜਨਾਬ ਮੇਰੇ ਰੋਟੀ ਪਕਵਾਉਣੀ ਇਸੇ ਗੱਲ ਤੋਂ। ਅੱਛਾ ਤੁਸੀਂ ਫਿਰ ਜੇ ਪਾਕਿਸਤਾਨ ਬਣਨ ਤੋਂ ਪਹਿਲਾਂ ਉੱਥੇ ਕਿਵੇਂ ਤੁਹਾਨੂੰ ਪਤਾ ਲੱਗਾ ਪਾਕਿਸਤਾਨ ਬਣਦਾ ਪਿਆ ਜਾਂ ਕੀ ਹਾਲਾਤ ਨੇ? ਨਾ ਜੀ, ਸਾਨੂੰ ਪਾਕਿਸਤਾਨ ਬਣਨ ਦਾ ਪਤਾ ਉਸ ਵੇਲੇ ਲੱਗਾ ਜਿਹੜੇ ਜਨਾਬ ਕਤਲੇ ਕਤਲਾਮ ਨਾ ਦੂਰੋਂ ਦੂਰੋਂ ਹਿੰਦੂ ਕਾਫਲੇ ਲੈ ਕੇ ਨਾ ਛੱਬੀਆਂ ਅਤੇ ਜਨਾਬ ਤਲਵਾਰਾਂ ਅਤੇ ਹਾਂਜੀ ਟੋਕੇ ਚਾੜੇ ਸੋਟਿਆਂ ਨੂੰ ਅਤੇ ਕਤਲੇ ਕਤਲਾਮ ਉਂਝ ਨਹੀਂ ਸਾਨੀ ਜਿਹੜੇ ਜਨਾਬ ਮੇਰੀ ਫਿਰ ਫੌਜ ਪਈ ਹੈ ਨਾ ਹਿੰਦੂਆਂ ਦੀ ਅਤੇ ਉਸ ਵੇਲੇ ਜਨਾਬ ਮੇਰੀ ਦੌੜ ਭਾਜੇ 'ਚ ਹੋਇਆ। ਤੁਹਾਡੇ ਪਿੰਡ 'ਤੇ ਕੋਈ ਹਮਲਾ ਹੋਇਆ? ਬੜਾ ਹਮਲਾ ਹੋਇਆ, ਹਾਂ ਚਾਰ ਪੰਜ ਡਗਦਾਂ ਹਮਲਾ ਹੁੰਦਾ ਰਿਹਾ ਹਿੰਦੂਆਂ ਨੇ ਜਨਾਬ ਮੇਰੇ ਨਾਲ ਲੁੱਟਿਆ ਲੱਟਿਆ ਮੁਸਲਮਾਨਾਂ ਨੇ ਮਾਰਿਆ ਕੁੱਟਿਆ ਅਤੇ ਉੱਤੋਂ ਫਿਰ ਜਨਾਬ ਮੇਰੀ ਜਥਾ ਆ ਗਿਆ ਢੇਰ ਹਾਂਜੀ ਉਹ ਹਜ਼ਾਰਿਆਂ ਬੰਦਿਆਂ ਦਾ ਅਤੇ ਫਿਰ ਜਨਾਬ ਮੇਰੀ ਐਲਾਨ ਹੋ ਗਿਆ ਵੀ ਪਾਕਿਸਤਾਨ ਬਣ ਗਿਆ ਅਤੇ ਮੁਸਲਮਾਨਾਂ ਨੇ ਪਾਕਿਸਤਾਨ ਨਹੀਂ ਜਾਣਾ। ਅਸੀਂ ਫਿਰ ਨਾ ਉੱਥੋਂ ਜਨਾਬ ਮੇਰੇ ਆਪਣੇ ਗੱਡੇ ਜੋ ਕੇ ਅਤੇ ਖਾਣ ਪੀਣ ਦਾ ਸੌਦਾ ਰਾਹ ਪਿੰਡ ਦਾ ਕੋਈ ਨੁਕਸਾਨ ਹੋਇਆ ਜਾਂ ਬੰਦਾ ਮਾਰਿਆ ਗਿਆ? ਨਹੀਂ ਨਹੀਂ ਸਾਡੇ ਪਿੰਡ 'ਤੇ ਨਹੀਂ ਨੁਕਸਾਨ ਹੋਇਆ, ਰਾਹ 'ਚ ਜਨਾਬ ਮੇਰੇ ਕਾਲੇਆਮ ਸਾਡਾ ਕਤਲੇ ਕਤਲਾਮ ਹੋਇਆ ਕਾਫਲੇ ਦੀ। ਅੱਛਾ, ਬੜਾ ਕਾਫਲਾ ਤੁਹਾਡੇ ਸਾਹਮਣੇ? ਤੁਹਾਡੇ ਜਾਂ ਸਾਡੇ ਸਾਹਮਣੇ ਗਿਆ ਲਾਸਾਂ ਇੰਝ ਪਈਆਂ ਹੋਣੀ ਜਨਾਬ ਮੇਰੀ ਨਾ ਜਿਹਦੇ ਬੰਦੇ ਵੀ ਜਿਹੜੇ ਥੱਲੇ ਡਿੱਗ ਗਿਆ ਨਾ ਉਹ ਜਾਣ ਗਏ ਨਾ ਸਾਹ ਘੁੱਟ ਗਏ ਅਤੇ ਦਮਾਂ ਪਿਆ ਰਿਹਾ ਆਪਣੀ ਜਾਨ ਬਚਾਉਣ ਦਾ ਮਾਰਿਆ ਹਾਂਜੀ ਹਾਂਜੀ ਜਨਾਬ ਮੇਰੀ ਨਾ ਅੱਜ ਵਿਛਾਉਣੇ ਬਹਿ ਗਏ ਅਤੇ ਫਿਰ ਡੋਗਰਾ ਫੌਜ ਗਈ ਹੈ ਡੋਗਰਾ ਹੁਣ ਡੋਗਰੇ ਡੋਗਰੇ ਬੋਲਦੇ ਹਾਣੇ ਅਤੇ ਮਧਰੇ ਮਧਰੇ ਇੱਕੋ ਇੱਕੋ ਕੱਦ ਉਹਨਾਂ ਦਾ ਅਤੇ ਫਿਰ ਉਹਨਾਂ ਜਨਾਬ ਮੇਰੇ ਉੱਥੋਂ ਨਾ ਕਾਫਲਾ ਚੁੱਕਿਆ। ਕਿੱਥੇ ਤੁਸੀਂ ਪਿੰਡੋਂ ਨਿਕਲੇ ਅਤੇ ਕਿੱਥੇ ਗਏ? ਅਸੀਂ ਪਿੰਡੋਂ ਜਨਾਬ ਮੇਰੇ ਉੱਠ ਕੇ ਆਏ ਹਾਂ ਇੱਥੇ ਨਰਾਇਣਗੜ੍ਹ। ਅੱਛਾ, ਕੈਂਪ ਲੱਗਾ? ਉੱਥੇ ਕੈਂਪ ਲੱਗਾ, ਉੱਥੋਂ ਜਨਾਬ ਮੇਰੇ ਜਿਹੜੇ ਸਵੇਰੇ ਉੱਠ ਕੇ ਤੁਰੇ ਆ ਨਾ ਅਤੇ ਫਿਰ ਸਾਡੇ ਤਾਂ ਜਨਾਬ ਜਥਾ ਪਿਆ ਹਿੰਦੂਆਂ ਦਾ ਕੋਈ ਬੰਦੇ ਜਿਹੜੇ ਉੱਠ ਕੇ ਤੁਰੇ ਸਨੀ ਨਾ ਉਹਨਾਂ ਦਾ ਕੋਈ ਨੁਕਸਾਨ ਹੋਇਆ ਅਤੇ ਫਿਰ ਉੱਥੇ ਬਹਿ ਗਏ ਹਾਂਜੀ ਕਾਫਲਾ ਕਾਫਲਾ ਸੀ ਢੇਰ ਸਾਰਾ ਅਤੇ ਫਿਰ ਇੱਕ ਅਫਸਰ ਸੀ ਹੈ ਸੀ ਹਿੰਦੂ ਬਥੇਰੇ ਜਨਾਬ ਮੇਰੇ ਚੰਗੇ ਬੰਦੇ ਚੰਗੇ ਵੀ ਹੁੰਦੇ ਨੇ ਉਹ ਸਰਦਾਨ ਕੀਤਾ ਵੀ ਜਿਹੜਾ ਇਹਦਾ ਮੁਸਲਮਾਨਾਂ ਦੇ ਨੇੜੇ ਗਿਆ ਨਾ ਅਫਸਰ ਸੀ ਕੋਈ ਵੱਡਾ ਅਤੇ ਤਰੇ ਦਿਹਾੜੇ ਉੱਥੇ ਰਹੇ ਝੜੀ ਲੱਗੀ ਰਹੀ ਹੈ ਹਾਂਜੀ ਲੋਕਾਂ ਨੇ ਖੇਸਾਂ ਖੁਸਾਂ ਦੇ ਤੰਬੂ ਜਿਹੇ ਬਣਾ ਕੇ ਨਾ ਅਤੇ ਮੋਟੀਆਂ ਜਿਹੇ ਬਣਾ ਕੇ ਉਹਦੇ ਵਿੱਚ ਬੈਠੇ ਰਹੇ ਅਤੇ ਭੁੱਖਾਂ ਭਾਣੇ ਅਤੇ ਬੁਰੇ ਹਾਲ ਬਣ ਕੇ ਜਾ ਰਹੇ ਫਿਰ ਉਸ ਨੇ ਰਾਤ ਨੂੰ ਐਲਾਨ ਕੀਤਾ ਵੀ ਮੇਰਾ ਹੋ ਗਿਆ ਤਬਾਦਲਾ ਮੈਂ ਭਰ ਕੇ ਜਨਾਬ ਰਾਤ ਦੇ 12 ਵਜੇ ਚਾਰਜ ਜਾ ਕੇ ਲੈਣਾ ਹੈ ਹਾਂਜੀ ਅਤੇ ਸਵੇਰੇ ਜਨਾਬ ਮੇਰੇ ਤਿਆਰ ਰਹੋ ਅਤੇ ਮੈਂ ਤੁਹਾਨੂੰ ਸਡੌਰੇ ਦੇ ਕੰਮ 'ਤੇ ਛੱਡਾਂ ਵਾਂ ਸਡੌਰਾ ਜਿਹੜਾ ਸੀ ਉਹ ਸੀ ਸਜਿਦਾਂ ਦਾ ਉੱਥੇ ਸਾਲ ਬਾਅਦ ਮੇਲਾ ਲੱਗਦਾ ਸੀ ਸਹੀ ਸਾਨੀ ਬਾਹਰ ਜੀ ਅਸੀਂ ਪਰਚੇਠੇ ਦੇ ਬੈਠੇ ਨੇ ਅਤੇ ਬੜੇ ਜਦਾਦੇ ਸਾਨੀ ਅਤੇ ਬੜੇ ਪਹੁੰਚ ਵਾਲੇ ਸਾਨੀ ਉਹਨਾਂ ਉੱਥੇ ਮੇਲਾ ਲੱਗਦਾ ਸੀ ਮਜ਼ਾ ਹੋਲ ਮੇਲਾ ਉੱਥੇ ਸਡੌਰੇ ਦਾ ਅਤੇ ਇਹ ਜਨਾਬ ਮੇਰੇ ਜਿਹੜੇ ਨਰਾਇਣਗੜ੍ਹ ਦੇ ਕੋਲ ਸਾਨੀ ਨਾ ਕੋਈ 4-5 ਪਿੰਡ ਉਹ ਰਵਾਂ ਦੇ ਸਾਨੀ ਮੁਸਲਮਾਨ ਰਾਜਪੂਤ ਰਾਓ ਰੋ ਖਵਾ ਗਿਆ ਉਹ ਸਾਨੀ ਬੰਦੇ ਅੜੇ ਆਦਰ ਜਨਾਬ ਮੇਰੇ ਜਿਹੜੇ ਕਾਲੇਆਮ ਗਏ ਨੇ ਨਾ ਉਹਨਾਂ ਜਨਾਬ ਮੇਰੇ ਧੱਕੇ ਨਾਲ ਹੀ ਉੱਥੇ ਕੰਮ ਲਾ ਲਿਆ ਉਹ ਚਿੱਟਾ ਘੋੜਾ ਉਹ ਜਨਾਬ ਘੋੜਾ ਭਜਾਏ ਅਗਲੇ ਸਿਰੇ ਪਿੱਛਾਂ ਅਸਲਾ ਉਹਦੇ ਕੋਲ ਇਕੱਲਾ ਉਹ ਨੁਕਸਾਨ ਨਹੀਂ ਹੋਣ ਦਿੱਤਾ ਸਾਰੀ ਦਿਹਾੜੀ 'ਚ ਹਾਂਜੀ ਅਫਸਰ ਸੀ ਜੀ ਹਿੰਦੂ ਸੀ ਅਤੇ ਉਹਦਾ ਤਬਾਦਲਾ ਹੋ ਗਿਆ ਸੀ ਉਹ ਆਉਂਦਾ ਸੀ ਵੀ ਮੈਂ ਅੱਜ ਰਾਤ ਦੇ 12 ਵਜੇ ਜਾ ਕੇ ਚਾਰਜ ਲੈਣਾ ਮੈਂ ਤੁਹਾਨੂੰ ਟੁਕਾਣਾ ਜਿਹੜਾ ਫੜਾ ਦਿੰਦਾ ਅਤੇ ਉਹ ਬੰਦੇ ਜਿਹੜੇ ਨੇ ਹੜਿਆਦਲ ਪਣੇ ਨਾਲ ਨਾ ਧੱਕੇ ਨਾਲ ਹੀ ਡੇਰਾ ਲਾ ਲਿਆ ਰਾਤ ਰਹਿ ਜਿਹੜੇ ਜਿਹੜੇ ਤੁਰੇ
ਉਹਨਾਂ ਜਨਾਬ ਦੇ ਜਿਹੜੇ ਧੱਗਿਆਂ ਵਾਸਤੇ ਗੱਡੇ ਸਣੀ ਨਾ, ਉਹ ਪੁਰਾਣੀਆਂ ਸਣੀ ਨਾ, ਉਹ ਵੀ ਜਨਾਬ ਦੇ ਲੈਂਦੇ ਲੈ ਖਾਲੀ ਉੱਥੇ। ਅੱਗੇ ਜਿਹੜਾ ਜਨਾਬ ਦੇ ਇੱਕ ਮਾਰਕੰਡਾ ਸੀ, ਜਿਵੇਂ ਦਰਿਆ ਨਹੀਂ ਹੁੰਦਾ ਦਰਿਆ, ਉਹ ਉੱਤੋਂ ਪਹਾੜਾਂ 'ਚ ਬਾਰਿਸ਼ ਹੁੰਦੀ ਸੀ ਅਤੇ ਉਹ ਵਗਦਾ ਸੀ ਅਤੇ ਸੁੱਕਾ ਸੀ, ਅਤੇ ਉਹ ਲੱਗ ਗਏ। ਕੁਝ ਬੰਦੇ, ਕੋਈ ਚੰਦ ਬੰਦੇ ਰਹਿ ਗਏ ਨੇ ਉੱਠਦੇ ਉਠਾਉਂਦੇ, ਦੂਜਾ ਸਾਰਾ ਕਾਫਲਾ ਤੁਰ ਗਿਆ, ਕੋਈ ਮੇਲਾ ਤੱਕ ਪਹੁੰਚ ਗਿਆ। ਅਤੇ ਅੱਗੋਂ ਜਨਾਬ ਮੇਰੀ ਕਾਫਲਾ ਪਿਆ ਹਿੰਦੂਆਂ ਦਾ, ਇੱਕ ਉੱਥੋਂ ਦਾ ਇੱਕ ਉੱਥੋਂ ਦਾ, ਮੁੜ ਆਪਣੀ ਅੱਖੀਂ ਵੇਖੇ ਨੇ। ਸਾਡੇ ਕੋਲ ਵੀ ਗੱਡਾ ਸੀ, ਖਾਣ ਪੀਣ ਛੋਲੇ ਪਨਾਏ ਸਨੀ, ਅਤੇ ਕੋਈ ਕਣਕ ਪਨਾਈ, ਕੋਈ ਚੌਲ, ਕੋਈ ਆਟਾ, ਇਸ ਤਰ੍ਹਾਂ ਦਾ ਹਜੇ ਲਟਰ ਪਟਰ, ਅਤੇ ਕੋਈ ਪਨੀਰੀ ਬਣਾਈ ਹੈਂਜੀ ਖਾਣ ਪੀਣ ਵਾਸਤੇ। ਉਹ ਜਨਾਬ ਮੇਰੀ ਨਾ ਲੋਕਾਂ ਦੇ ਗੱਡੇ ਜੁੱਤੇ ਜੁਟਾਏ ਟਕੇ ਇੰਨੇ ਆਪਣੇ, ਹਾਂ ਕੋਈ ਕਤਲ ਹੋ ਗਿਆ, ਕੋਈ ਦੌੜ ਗਿਆ ਹੈਂਜੀ, ਕੋਈ ਕਿਧਰੇ ਕੋਈ ਕਿਧਰੇ ਛੱਪ ਗਿਆ। ਅਤੇ ਅੱਲਾ ਜਨ ਸੀ ਵਗੈਰੇ, ਮੇਰੀ ਮਾਂ ਸੀ ਨਾ ਐਡਾ ਕੁ ਬਕਸਾ ਸੀ, ਉਹਦੇ ਵਿੱਚ ਜੇਬਰ ਸੀ, ਪੈਸੇ ਥੋੜ੍ਹੇ ਸਣੇ, ਉਹ ਥੋੜ੍ਹੇ ਚਾਂਦੀ ਦਾ ਰੁਪਈਆ ਸੀ, ਆ ਨੋਟ ਨੂਟ ਕੋਈ ਨਹੀਂ ਸਣੇ, ਚਾਂਦੀ ਦਾ ਰੁਪਈਆ ਸੀ, ਸਭ ਤੋਂ ਸਿੱਕਾ ਵੱਡਾ 1 ਰੁਪਈਆ ਸੀ ਚਾਂਦੀ ਦਾ। ਹੋਰ ਥੱਲੇ ਉਹ ਥੋੜ੍ਹੇ ਢੇਲਾ ਦਮੜੀ ਆਨਾ ਟਕਾ ਇਹ ਸੀ, ਵੱਡਾ ਸਿੱਕਾ ਜਿਹੜਾ 1 ਰੁਪਈਆ ਸੀ ਚਾਂਦੀ ਦਾ ਜੀ, ਨੋਟ ਨਾਟ ਕੋਈ ਨਹੀਂ ਸਣੇ ਉਸ ਜ਼ਮਾਨੇ। ਅਤੇ ਉਹ ਮੇਰੀ ਮਾਂ ਨੇ ਚਾਹਿਆ, ਅਤੇ ਮੇਰਾ ਪਿਓ ਵਾਲਾ ਜਨਮ ਸੀ ਕਰੇ ਨਾ ਛੋਟਾ ਸੀ ਉਹਦੇ ਕੋਲ, ਮੇਰੀ ਮਾਂ ਨੇ ਨਾ ਛੋਟਾ ਲੈ ਕੇ, ਤੂੰ ਮਰਵਾਏ ਦੀ ਇਹ ਲੁੱਟਣ ਵਾਸਤੇ ਤਾਂ ਮਾਰਦੇ ਨੇ ਪੈ, ਅਤੇ ਤੂੰ ਸਿਰ 'ਤੇ ਟਰੱਕ ਚੁੱਕ ਲਿਆ, ਅਤੇ ਜਨਾਬ ਮੇਰੀ ਜੇ ਨਹੀਂ ਮਰਨਾ ਤਾਂ ਵੀ ਮਰਾਂਗੇ। ਉਸ ਆਖਿਆ ਮਰ ਤੇ ਅੱਗੇ ਹੀ ਜਾਣਾ, ਬੱਚੇ ਤਾਂ ਨਾ ਮੇਰੇ ਭੁੱਖੇ ਮਰਨ। ਮੇਰੀ ਮਾਂ ਨੇ ਧੱਕੇ ਨਾਲ ਹੀ ਉਚਾ ਲਿਆ, ਐਡਾ ਕੋਈ ਟਰੱਕ ਸੀ, ਉਹਦੇ ਵਿੱਚ ਜੇਬਰ ਸੀ, ਕੋਈ ਪੈਸੇ ਖਾਣੇ। ਉੱਥੋਂ ਜਨਾਬ ਮੇਰੀ ਨਾ ਫਿਰ ਲੋਕਲਾ ਫੌਜ ਆਈ, ਉਹਨਾਂ ਸਾਨੂੰ ਉੱਥੋਂ ਉਠਾਇਆ, ਕੋਈ ਜਨਾਬ ਮੇਰੀ ਅਗਲੀ ਅੱਗੇ ਲੱਗ ਗਿਆ, ਕੋਈ ਪਿੱਛੇ, ਕੋਈ ਸਾਈਡਾਂ 'ਤੇ, ਉਹਨਾਂ ਜਨਾਬ ਮੇਰੇ ਸਾਨੂੰ ਸਡੌਲੇ ਲਿਆ ਕੇ, 2 ਮਹੀਨੇ ਸਡੌਲੇ ਲਿਆ। ਕੁਰਬਾਨੀ ਜਿਹੜੀ ਹੈ ਨਾ ਇਹ ਵੱਡੀ ਈਦ ਦੀ, ਉੱਥੇ ਆ ਕੀਤੀ ਹੈ ਹਾਂਜੀ। ਅਤੇ ਗੱਡੇ ਗੁੱਡੇ ਛੱਡੇ ਪੈਦਲ ਹੀ ਆਇਓ ਫਿਰ? ਨਹੀਂ ਨਹੀਂ, ਗੱਡੇ ਗੁੱਡੇ ਫਿਰ ਜਨਾ ਦੇ ਜਿਹੜੇ ਮਰ ਗਏ ਉਹਨਾਂ ਦੇ ਰਹਿ ਗਏ, ਉਹਨਾਂ ਦਾ ਮਾਲਕ ਸਾਈ ਕੋਈ ਨਾ, ਜਿਹੜੇ ਕੋਈ ਜਿੰਦੇ ਸਨੀ ਉਹਨਾਂ ਆਪਣੇ ਆਪਣੇ ਗੱਡੇ ਜਾ ਕੇ ਨਾ ਉਹਨਾਂ ਜਿੱਤੇ ਜਿਤਾਏ ਖੜੇ, ਸਮਾਨ ਲੈ ਕੇ ਲੁੱਟ ਗਏ ਹਾਂਜੀ, ਉੱਥੋਂ ਬਚਾ ਕੇ ਤੇ ਆਪਣਾ ਅੰਬਾਲੇ ਆਏ। ਅੰਬਾਲੇ ਐਲਾਨ ਹੋਇਆ, ਅੰਬਾਲੇ ਅੱਗੇ ਵੀ ਕੰਪ ਸੀ ਬੜਾ ਵੱਡਾ ਹਾਂਜੀ, ਅਤੇ ਉੱਥੇ ਐਲਾਨ ਹੋਇਆ ਵੀ ਜਿਹਨਾਂ ਪੈਦਲ ਜਾਣਾ ਹੈ ਅਤੇ ਕੋਈ ਖਤਰੇ ਵਾਲਾ ਕੰਮ ਨਹੀਂ, ਫੌਜ ਨਾਲ ਹੋਵੇ ਤੇ ਆਪਣੇ ਗੱਡੇ ਗੱਡਿਆਂ 'ਤੇ ਜਾਓ, ਜਿਹਨਾਂ ਨਹੀਂ ਜਾਣਾ ਗੱਡਿਆਂ 'ਤੇ ਆ, ਜਿਹਨਾਂ ਕੋਲ ਨਹੀਂ ਗੱਡੇ ਅਤੇ ਰੇਲ ਗੱਡੀ ਜਨਾਬ ਮੇਰੇ ਨੰਬਰਵਾਰ ਐਲਾਨ ਹੋ ਜਾਂਦਾ ਵੈ ਦਾ ਤਹਿਸੀਲ ਦਾ ਥਾਣੇ ਦਾ, ਅਤੇ ਉਸ ਤਰ੍ਹਾਂ ਬੰਦੇ ਰੇਲ ਗੱਡੀ 'ਤੇ ਜਾਂਦੇ ਰਹਿੰਦੇ। ਸਾਡੀ ਗੱਡੀ ਆ ਕੇ ਲੱਗੀ ਸੀ ਇੱਥੇ ਅਲੀਪੁਰ ਜੀ। ਅੱਛਾ, ਉੱਥੇ ਜਿਹੜੇ ਪਿੰਡ ਦੇ ਬੰਦੇ ਸਨ ਜੀ, ਉਹਨਾਂ ਨਾਲ ਤੁਹਾਡਾ ਕਿਸੇ ਦਾ ਕੀ ਨਾ ਪਤਾ, ਕਿਹੜੇ ਸਿੱਖ ਸਨ ਤੁਹਾਡੇ ਦੁਆਲੇ? ਸਿੱਖ ਨਹੀਂ ਸਨ, ਬਾਹਮਣ ਸਨ। ਉਹਨਾਂ ਬਾਹਮਣਾਂ ਦੇ ਕੀ ਨਾਮ? ਰਾਜਾ ਬਾਹਮਣ ਸੀ, ਬੁੱਧੂ ਬਾਹਮਣ ਸੀ, ਅੱਛਾ ਕੁੰਦਨ ਬਾਹਮਣ ਸੀ, ਅਤੇ ਵਡੇਰੇ ਸਨ ਕਿ ਤੁਹਾਡੇ ਹਾਣੀ ਸਨ? ਨਹੀਂ, ਵਡੇਰੇ ਵੀ ਸਨੀ, ਸਾਡੇ ਹਾਣੀ ਸਨੀ। ਇੱਕ ਦਾ ਨਾਂ ਬੁੱਧੂ ਨਾਂ ਸੀ ਮਨਸਾ, ਇੱਕ ਦਾ ਨਾਂ ਪਰਸਾ, ਇੱਕ ਦਾ ਨਾਂ ਦਇਆ ਰਾਮ। ਅੱਛਾ, ਇਹ ਸਾਡਾ ਹਾਣ ਪਰਵਾਣ ਕੇ ਖੇਡਦੇ ਖੁੱਲਦੇ ਰਹੇ ਸਾਡਾ ਹਾਣ ਪਰਵਾਣ ਸੀ। ਅੱਛਾ, ਅੰਬਾਲੇ ਤੋਂ ਅੱਗੇ ਫਿਰ ਕੀ ਬਣਿਆ? ਅੰਬਾਲੇ ਤੋਂ ਅੱਗੇ ਫਿਰ ਜਿਹਨਾਂ ਕੋਲ ਨਹੀਂ ਸਣੀ ਗੱਡੇ ਗੁੱਡੇ, ਅਤੇ ਜਾਂ ਜਿਹੜੇ ਨਹੀਂ ਆ ਸਕੇ ਪੈਦਲ, ਡਰੇ ਵੀ ਮਤੇ ਰਾਹ 'ਚ ਨਾ ਫਿਰ ਹਮਲਾ ਹੋ ਜਾਏ, ਉਹ ਰੇਲ ਗੱਡੀ 'ਚ ਆਏ ਨੇ ਹਾਂਜੀ। ਅਤੇ ਰੇਲ ਗੱਡੀਆਂ ਦਾ ਆਰਡਰ ਸੀ ਗੌਰਮੈਂਟ ਦਾ, ਬਾਬੇ ਕਦੇ ਆ ਜਾਂਦੀ, ਉਸ ਵੇਲੇ ਲਿਆਕਤ ਅਲੀ ਵੀ ਜਿੰਦਾ ਸੀ, ਗਾਂਧੀ ਵੀ ਜਿੰਦਾ ਸੀ, ਉਹਨੇ ਪਾਕਿਸਤਾਨ ਬਣਾਇਆ ਸੀ। ਅਤੇ ਉਹਨਾਂ ਦਾ ਜਨਾਬ ਮੇਰੇ ਜਿੱਥੇ ਜਿੱਥੇ ਗੱਡੀਆਂ ਦਾ ਐਲਾਨ ਸੀ ਨਾ, ਉੱਥੇ ਉੱਥੇ ਗੱਡੀ ਲੱਗਦੀ ਰਹੀ। ਜਿਨ੍ਹਾਂ ਦਾ ਗੁਜਰਾਂਵਾਲੇ ਦਾ ਸੀ, ਉਹ ਅਲੀਪੁਰ ਆ ਕੇ ਨਾ ਉਹਨਾਂ ਸਾਨੂੰ ਲਾਇਆ,
रात रहे हाँडी पर जिथे रक्से नहीं खलोंदे, रक्से खलोंदे ने इत्थे जरा मेरे क्वार्टर सन गोदाम बोरियां दे पलंदे रेलवे दे चौल ते जनाब मेरी रात उत्थे रहे हां ते अली परियां ने ना जनाब मेरी बेग उस वेले बेगमी मुंजी होंदी सी एक घर पक जाना सारे महल्ले कुछ बोल जांदी सी ओ चौल नशे उन्हें चौल दिते ते ओ खादे ते मेरे जनाब अली पर दे भी टांगे ते साडे शहर दे भी टांगे उस वेले टांगे सने सड़क सारिया कच्चिया हानी सिर्फ स्टेशन तो लै के अरसून नगर के अड्डे तक पक्की ही सिंगल सड़क अजय गुजरात वाली कच्ची वजीराबाद वाली कच्ची सब कच्ची सड़क इत दमदमा दी उस दमदमे जाकर लाया उस उ जनाब मेरी ना एक अजय ममदली ही दर्जी जाता वो चेयरमैन थी है जी चेयरमैन थी वो हिंदुआ इतने रिंदियों का चेयरमैन थे उस जनाब मेरी कोई मुसलमाना लुट लट लिया हिंदुआ हिंदुआ के घर कोई रहन खून जड़ा मंजी बिस्तरे कोई भांडे शांडे पित्तल का भांडा बरतते हैं हिंदू लोग है जी उन्होंने स्टोर बनाए सी कट्ठे किए सी उस जनाब मेरी कोई 10-12 दिन राशन दिता रहा पका के डंगर डूंगर भी सी हिंदुआ के जीवा करने रोटी तंदूरों तो पकाने माचना को रोटी खवाने फिर जनाब मेरी उसने मकान खोल छड़े मकाना ही बढ़ गया फिर वो जनाब मेरी ना आटा देता रहा 8 दिनों का ना जी सेती है जी हाथ जी है जी तो त्रै भाजी ये दिता रहा नुकसान बड़ा हो बड़े बंदा मुल्क मोया नहीं लग लगा को जायदाद वगैरह की पहलों जायदाद इतने हिंदुए की सनी तो ऐलान हो गया तो कोई गाजर मूली वाल निकले घर ना चाल से ना गाजर मूली का मौसम से उस वे देसी गोंगलू होंगे सनी लोग पट्ठों वास्ते करते सी जरा बहर निकले तो लोग जो ने मुकामी सनी ना ये जनाब मेरे पनागीर आ गए ने पनागीर आ गए ने है जी तो जिस इना धड़कना फिर जनाब मेरी साढ़े जोड़े बंदे सन ना राजपूत तेन पता सख्त बड़े ने वो लड़ाई हो गई जनाब मेरी ना मार कटाई हो चंगा पिंजा इन्हों फिर सीधे हो गए फिर कोई ना मना कर कोई दिल करे गाजर जनाब मेरी जितों पुट लिया जितो मर्जी साहब को अच्छा तो फिर कुछ दिन बाद ना सानू आरजी लाट हो गई जी किला है जी तो फिर ऐलान हो गया जी कलेम भरो जिन्होंने जायदाद से ना अपने कलेम भरो कलेम भरे भरे वो फिर ना जनाब मेरे कलेम आए तो कुछ भी नहीं मिले साढ़ा 100 किला जिमीदार सी 10 किले जिमी मिले मदरसा ही कोट कोट नाल ही सी मदरसे वाले जनाब मेरी धक्के नाल ना मास्टर आउंदे हन ना लिखना साडे बड़ेरे आंदे हन छप जो छप जो ती जो दो छप जो छप जो असी तो जनाब मेरी छोटे छोटे 4-5-6 साल का बच्चा हुंदा सी ना ते खुशी मनांदे हन इहदे माल डंगर चुगाण जोगा हो गया मेरा भरा 6 सालां दा सी ते 5-5वें साल दे जना मेरा भरा डंगर लग गया सी जुगाण 6वां साल से जेड़े पाकिस्तान बनया अच्छा तुसी के समझदे हो कि जे उदो इकट्ठे जदो रहंदे सन जी ओ काम ठीक सी या के बाद जदो आजादी तो बाद काम ठीक होया नहीं जेड़े इकट्ठे सन उसले ठीक सी अच्छा वाह जेड़े इकट्ठे सन ना हां जी उसले ठीक सी
ਹੁਣ ਤੇ ਨਾ ਮੁਹੱਬਤ ਰਹੀ ਹੈ, ਨਾ ਪਿਆਰ ਰਿਹਾ, ਨਾ ਕੋਈ ਗੱਲ ਰਹੀ ਹੈ, ਹਾਂਜੀ ਹੁਣ ਆਪੋ ਆਪ ਹਾਂਜੀ ਉਸ ਵੇਲੇ ਮੁਹੱਬਤ ਸੀ अपनी स्टोरी जी दसी जी इन्हों को जिनी कोई याद सी अल्लाह ताला इन्हों सेहत देवे अपनी जो कुछ गल्लां हन दसियां अल्लाह हाफिज़ जी खुदा हाफिज़।